ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਬਹੁਤ ਬੁਰੀ ਹਾਲਤ ਕਰਵਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਯਾਦ ਆਇਆ ਕਿ ਉਹ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਹੈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਅੰਦੋਲਨ ਪਾਰਟ 2 ਇੱਕ ਵਾਰ ਫਿਰ ਤੋਂ ਸ਼ੁਰੂ ਕੀਤਾ ਜਾਏਗਾ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਆਵਾਜ਼ ਚੁੱਕਣ ਦੇ ਲਈ ਹਰ ਸਮੇਂ ਤਤਪਰ ਤਿਆਰ ਹੈ। ਅਸੀਂ ਪਹਿਲਾਂ ਵੀ ਅੰਦੋਲਨ ਚਲਾਇਆ ਸੀਗਾ ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਹੈਗੀ। ਹੁਣ ਨਵੇਂ ਸਿਰਿਓਂ ਹਰੇਕ ਜ਼ਿਲ੍ਹੇ ਦੇ ਵਿੱਚ ਜਾ ਕੇ, ਹਰੇਕ ਅਸੈਂਬਲੀ ਹਲਕੇ ਦੇ ਵਿੱਚ ਜਾ ਕੇ ਸਾਡੇ MLA ਸਾਹਿਬਾਨ ਔਰ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਇਸ ਮਿਸ਼ਨ ਨੂੰ ਅਸੀਂ ਅੱਗੇ ਵਧਾਵਾਂਗੇ ਔਰ ਜਦੋਂ ਤੱਕ ਸਰਕਾਰ ਨੂੰ ਅਸੀਂ ਮਜਬੂਰ ਨਹੀਂ ਕਰ ਦਿੰਦੇ ਹੈਗੇ, ਗੋਡਿਆਂ ਭਾਰ ਨਹੀਂ ਕਰ ਦਿੰਦੇ ਹੈਗੇ ਕਿ ਉਹ ਆਪਦੇ ਲੋਕ ਮਾਰੂ ਬਿਜਲੀ ਦੇ ਰੇਟ ਨੇ ਜਿਹੜੇ ਉਹ ਵਾਪਸ ਜਦੋਂ ਤੱਕ ਨਹੀਂ ਲੈਂਦੇ ਹੈਗੇ, ਅਸੀਂ ਇਹ ਅੰਦੋਲਨ ਹੈ ਜਿਹੜਾ ਆਪਦਾ ਵਿੱਢ ਕੇ ਰੱਖਾਂਗੇ। ਪੰਜਾਬ ਦੇ ਬਿਜਲੀ ਮਹਿਕਮੇ ਨੂੰ ਲੈ ਕੇ ਅਮਨ ਅਰੋੜਾ ਨੇ ਇੱਥੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਵੀ ਕੀਤੀ ਹੈ ਅਤੇ ਉਹਨਾਂ ਨੂੰ ਇੱਕ ਬੇਨਤੀ ਵੀ ਕੀਤੀ ਹੈ ਕਿ ਜਲਦ ਤੋਂ ਜਲਦ ਉਹ ਬਿਜਲੀ ਮਹਿਕਮਾ ਸਾਂਭ ਕੇ ਜੋ ਵੀ ਗਲਤ ਕੰਟਰੈਕਟ ਕੀਤੇ ਗਏ ਨੇ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਰੱਦ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕ ਖਿਡੌਣਾ ਬਣ ਗਏ ਨੇ, ਨਵੇਂ ਮੰਤਰੀ ਬਣੇ ਸਰ ਨਵਜੋਤ ਸਿੰਘ ਸਿੱਧੂ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਮੈਂ ਜਿਸ ਦਿਨ ਉਹ ਬਣੇ ਉਹਨਾਂ ਨੂੰ ਚਿੱਠੀ ਵੀ ਲਿਖੀ, ਟਵੀਟ ਵੀ ਕੀਤਾ ਕਿ ਜੇ ਨਵਜੋਤ ਸਿੰਘ ਸਿੱਧੂ ਜੀ ਜੇ ਤੁਸੀਂ ਸਹੀ ਮਾਇਨੇ ਦੇ ਵਿੱਚ, ਉਹਨਾਂ ਨੇ ਪਹਿਲਾਂ ਵਾਲੇ ਮਹਿਕਮੇ ਦੇ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ, ਉਹਨਾਂ ਨੇ ਕੇਬਲ ਮਾਫੀਆ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਐਡਵਰਟਾਈਜ਼ਮੈਂਟ ਪਾਲਿਸੀ ਚੰਗੀ ਬਣਾਈ ਜਿਹਦੇ ਨਾਲ ਐਡਵਰਟਾਈਜ਼ਮੈਂਟ ਮਾਫੀਆ ਜਿਹੜਾ ਚੱਲ ਰਿਹਾ ਸੀਗਾ ਉਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਮਾਈਨਿੰਗ ਪਾਲਿਸੀ ਦੇ ਵਿੱਚ ਵੀ ਅਜਿਹੇ ਸੁਝਾਅ ਦਿੱਤੇ ਤਾਂ ਕਿ ਮਾਈਨਿੰਗ ਮਾਫੀਆ ਖਤਮ ਹੋ ਸਕੇ, ਪਰ ਇਹ ਗੱਲ ਅੱਡ ਹੈ ਕਿ ਮੁੱਖ ਮੰਤਰੀ ਔਰ ਬਾਕੀ ਦੇ ਮੰਤਰੀ ਉਹਨਾਂ ਨੂੰ ਨਹੀਂ ਮੰਨੀ ਹੈਗੀ। ਮੈਂ ਅੱਜ ਤੁਹਾਡੇ ਰਾਹੀਂ ਵੀ ਨਵਜੋਤ ਸਿੰਘ ਸਿੱਧੂ ਜੀ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਦਾ ਮਹਿਕਮਾ ਸੰਭਾਲੋ ਤੇ ਮਹਿਕਮਾ ਸੰਭਾਲਣ ਦੇ ਨਾਲ ਨਾਲ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਸਮਝੌਤੇ ਰੱਦ ਕਰਕੇ ਪੰਜਾਬ ਦੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕਦਾ ਹੈ। ਅਮਨ ਅਰੋੜਾ ਦਾ ਕਹਿਣਾ ਹੈ ਕਿ ਜੋ ਕੰਟਰੈਕਟ ਇਹਨਾਂ ਪ੍ਰਾਈਵੇਟ ਕੰਪਨੀ ਨਾਲ ਕੀਤੇ ਗਏ ਨੇ ਉਹਨਾਂ ਦੇ ਵਿੱਚ ਬਹੁਤ ਹਾਸੋਹੀਣੀਆਂ ਗੱਲਾਂ ਰੱਖੀਆਂ ਗਈਆਂ ਨੇ ਜਿਸ ਦਾ ਜ਼ਿਕਰ ਅਮਨ ਅਰੋੜਾ ਨੇ ਇੱਥੇ ਕੀਤਾ। ਇਹਨਾਂ ਸਮਝੌਤਿਆਂ ਦੇ ਵਿੱਚ ਜੇ ਤੁਹਾਨੂੰ ਹਾਸੋਹੀਣੀ ਹੋਏਗਾ ਕਿ ਬਿਨਾਂ ਇਸ ਤਰ੍ਹਾਂ ਦੀਆਂ ਕਲੋਜ਼ਿਸ ਨੇ ਕਿ ਬਿਨਾਂ ਬਿਜਲੀ ਖਰੀਦੇ ਵੀ ਪੈਸਾ ਇਹਨਾਂ ਕੰਪਨੀਆਂ ਨੂੰ ਦੇਣਾ ਹੈ, ਜੇ ਕੋਈ ਪੈਨਲਟੀ ਪੈ ਜਾਣੀ ਹੈ, ਜੇ ਕੋਈ ਜੁਰਮਾਨਾ ਪੈ ਜੇ ਇਹਨਾਂ ਥਰਮਲ ਪਲਾਂਟਾਂ ਨੂੰ ਤਾਂ ਉਹ ਵੀ PSPCL ਪੰਜਾਬ ਸਰਕਾਰ ਨੇ ਦੇਣਾ ਹੈ, ਜੇ ਇਹਨਾਂ ਦੇ ਵਿੱਚ ਕੋਈ ਫਾਲਟ ਪੈ ਜੇ ਉਹਨੂੰ ਠੀਕ ਕਰਨਾ ਹੋਵੇ ਤਾਂ ਵੀ ਇਹਨਾਂ ਨੇ ਕਰਨਾ, ਜੇ ਕਰਨਾ ਹੀ ਸਾਰਾ ਕੁਝ ਸਰਕਾਰ ਨੇ ਹੈ ਤੇ ਫਿਰ ਕਿਉਂ ਤੁਸੀਂ ਆਪਦੇ ਰੋਪੜ ਤੇ ਬਠਿੰਡਾ ਦੇ ਥਰਮਲ ਪਲਾਂਟ ਬੰਦ ਕਰਕੇ ਤੁਸੀਂ ਇਹ ਪੰਜਾਬ ਨੂੰ ਮਾਰਨ ਵਾਲੇ ਇਹ ਇਸ ਤਰ੍ਹਾਂ ਦੇ ਥਰਮਲ ਪਾਵਰ ਪਲਾਂਟ ਲਗਾਏ ਨੇ? ਦਰਅਸਲ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਬਹੁਤ ਬੁਰੀ ਹਾਲਤ ਕਰਵਾਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਵਿੱਚ ਪਹੁੰਚ ਕਰਨ ਦੀ ਠਾਣੀ ਹੈ ਅਤੇ ਇਸੇ ਦੇ ਤਹਿਤ ਇੱਕ ਮੀਟਿੰਗ ਕਰਕੇ ਬਿਜਲੀ ਅੰਦੋਲਨ ਪਾਰਟ 2 ਚਲਾਉਣ ਦੀ ਗੱਲ ਆਮ ਆਦਮੀ ਪਾਰਟੀ ਵੱਲੋਂ ਆਖੀ ਜਾ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬਿਜਲੀ ਅੰਦੋਲਨ ਸ਼ੁਰੂ ਕੀਤਾ ਸੀ ਜੋ ਕਿ ਪੂਰੀ ਤਰ੍ਹਾਂ ਫਲੌਪ ਹੋ ਗਿਆ ਸੀ। ਲਗਭਗ 1.5 ਮਹੀਨਾ ਇਹ ਅੰਦੋਲਨ ਚੱਲਿਆ ਸੀ ਪਰ ਇਸ ਦਾ ਕੋਈ ਵੀ ਅਸਰ ਨਾ ਤਾਂ ਪੰਜਾਬ ਦੇ ਲੋਕਾਂ ਤੇ ਹੋਇਆ ਅਤੇ ਨਾ ਹੀ ਪੰਜਾਬ ਸਰਕਾਰ ਤੇ ਇਸ ਦਾ ਅਸਰ ਹੁੰਦਾ ਕੋਈ ਦਿਖਾਈ ਦਿੱਤਾ ਹੈ। ਜਦੋਂ ਅਮਨ ਅਰੋੜਾ ਤੋਂ ਇਹ ਪੁੱਛਿਆ ਗਿਆ ਕਿ ਤੁਹਾਡਾ ਪਹਿਲਾ ਅੰਦੋਲਨ ਨਹੀਂ ਚੱਲਿਆ ਸੀ ਫਿਰ ਪਾਰਟ 2 ਕਿਉਂ ਚਲਾ ਰਹੇ ਹੋ, ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪਹਿਲਾਂ ਲੋਕ ਸਭਾ ਚੋਣਾਂ ਦੇ ਵਿੱਚ ਮਸ਼ਰੂਫ ਹੋ ਗਏ ਸਾਂ ਪਰ ਹੁਣ ਲਗਾਤਾਰ ਇਹ ਅੰਦੋਲਨ ਚਲਾਵਾਂਗੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਰੇਟਾਂ ਤੋਂ ਅਤੇ ਇਹਨਾਂ ਕੰਟਰੈਕਟ ਜੋ ਗਲਤ ਕੰਟਰੈਕਟ ਨੇ ਉਹਨਾਂ ਤੋਂ ਨਜਾਤ ਸਰਕਾਰ ਨਹੀਂ ਦਿੰਦੀ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਵਿੱਚ ਪਹੁੰਚਣ ਦੀ ਗੱਲ ਆਖੀ ਹੈ ਅਤੇ ਕੋਸ਼ਿਸ਼ ਕਰਨ ਦੀ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੀ ਅੱਜ ਕੱਲ੍ਹ ਕਹਿੰਦੇ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਾਡੀ ਇਸੇ ਕਰਕੇ ਹਾਰ ਹੋਈ ਹੈ ਕਿਉਂਕਿ ਸਾਡੇ ਵਿੱਚ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ, ਉਹਨਾਂ ਕਮੀਆਂ ਨੂੰ ਹੁਣ ਅਸੀਂ ਦੂਰ ਕਰਾਂਗੇ। ਸ਼ਾਇਦ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਯਾਦ ਆ ਗਿਆ ਕਿ ਉਹੀ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਹੈ ਕਿਉਂਕਿ ਜਦੋਂ ਤੋਂ ਲੋਕ ਸਭਾ ਚੋਣਾਂ ਹੋਈਆਂ ਨੇ ਉਦੋਂ ਤੋਂ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਨਿਭਾਉਂਦਾ ਦਿਖਾਈ ਦੇ ਰਿਹਾ। ਕਿਤੇ PDA ਵੀ ਕੋਈ ਨਾ ਕੋਈ ਮੁੱਦਾ ਚੁੱਕਦਾ ਰਹਿੰਦਾ ਪਰ ਆਮ ਆਦਮੀ ਪਾਰਟੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੀ। ਸ਼ਾਇਦ ਇਸੇ ਕਰਕੇ ਨਜ਼ਰ ਆਉਣ ਲਈ ਆਮ ਆਦਮੀ ਪਾਰਟੀ ਨੇ ਬਿਜਲੀ ਅੰਦੋਲਨ ਪਾਰਟ 2 ਕਰਨ ਦਾ ਐਲਾਨ ਇੱਥੇ ਕਰ ਦਿੱਤਾ ਹੈ ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਬਿਜਲੀ ਅੰਦੋਲਨ ਪਾਰਟ 1 ਪੂਰੀ ਤਰ੍ਹਾਂ ਫਲੌਪ ਹੋ ਗਿਆ ਸੀ, ਤੁਹਾਨੂੰ ਲੱਗਦਾ ਹੈ ਕਿ ਪਾਰਟ 2 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਸਫਲਤਾ ਮਿਲ ਸਕੇਗੀ? ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਹੋਰ ਕੀ ਕੁਝ ਕਿਹਾ ਇਸ ਵੇਲੇ ਅਮਨ ਅਰੋੜਾ ਨੇ ਤੁਸੀਂ ਉਹ ਸੁਣੋ, ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸੋ ਅਸੀਂ ਇਸ ਮੁਹਿੰਮ ਦਾ ਆਗਾਜ਼ ਹੈ ਜਿਹੜਾ ਉਹ ਕਰਨ ਲੱਗੇ ਹਾਂ। ਲੋਕਾਂ ਨੂੰ ਵੀ ਬੇਨਤੀ ਔਰ ਲੋਕਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੈਸੇਜ ਕੋਈ ਦੇ ਸਕਦੇ ਤਾਂ ਮੀਡੀਆ ਦੇ ਸਕਦੇ, ਜਿਹੜਾ ਕਿ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ, ਤੁਹਾਨੂੰ ਵੀ ਬੇਨਤੀ ਕਰਾਂਗੇ ਕਿ ਤੁਸੀਂ ਇਸ ਮੁਹਿੰਮ ਦੇ ਵਿੱਚ ਸਾਡਾ ਸਾਥ ਦਿਓ ਔਰ ਤਾਂ ਕਿ ਆਪਾਂ ਲੋਕਾਂ ਨੂੰ ਮਜਬੂਰ ਕਰਕੇ, ਸਰਕਾਰ ਨੂੰ ਮਜਬੂਰ ਕਰਕੇ ਲੋਕਾਂ ਨੂੰ ਰਾਹਤ ਹੈ ਜਿਹੜੀ ਉਹ ਬਿਜਲੀ ਦੇ ਰੇਟਾਂ
उस तो बाद बिजली अंदोलन टू की गल चल रही है, टू चला रहे हो, बट यही गल कि अगे भी पर्टिकुलर विलेज लैवल से जाके असी उन्हें ही जिन्हें इशूज से जो बिजली अंदोलन टू में रखे गए हैं उन्हें ही बिजली अंदोलन एक में रखे गए, बट हुण तुसीं किस हिसाब से सोच रहे हो कि उन्ना उस तो वध सक्सैसफुल होएगा? देखो इस तरह है कि उम्मीद उत्ते दुनिया कायम है, उदों जदों असीं शुरू कीता सीगा ਉਹ ਤਕਰੀਬਨ ਮਹੀਨਾ ਸਵਾ ਮਹੀਨਾ ਚੱਲਿਆ ਤੇ ਉਸ ਤੋਂ ਬਾਅਦ ਸਰਕਾਰ ਦਾ ਕਹਿਣਾ ਇਹ ਸੀਗਾ ਕਿ ਹੁਣ ਤਾਂ ਕੋਡ ਆਫ ਕੰਡਕਟ ਲੱਗ ਚੁੱਕਿਆ, ਚੋਣ ਜ਼ਾਬਤਾ ਲੱਗ ਚੁੱਕਿਆ, ਅਸੀਂ ਕੁਛ ਨਹੀਂ ਕਰ ਸਕਦੇ ਹੈਗੇ, ਨੰਬਰ ਇੱਕ। ਨੰਬਰ ਦੋ, ਕਿਉਂਕਿ ਇਲੈਕਸ਼ਨ ਅਨਾਊਂਸ ਹੋ ਚੁੱਕੀਆਂ ਸੀਗੀਆਂ, ਆਮ ਆਦਮੀ ਪਾਰਟੀ ਵੀ ਇਲੈਕਸ਼ਨ ਦੇ ਵਿੱਚ ਬਿਜ਼ੀ ਹੋ ਗਈ ਸੀਗੀ, ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਉਹਨਾਂ ਨੇ ਸਾਡੀ ਪਹਿਲਾਂ ਨਹੀਂ ਸੁਣੀ ਹੈਗੀ ਤੇ ਹੁਣ ਅਸੀਂ ਬੋਲੀਏ ਹੀ ਨਾ। ਅਸੀਂ ਪ੍ਰਿੰਸੀਪਲ ਓਪੋਜੀਸ਼ਨ ਪਾਰਟੀ ਹਾਂ, ਅਸੀਂ ਲੋਕਾਂ ਨੇ ਸਾਨੂੰ ਸਰਕਾਰ ਦੇ ਧੱਕਿਆਂ ਦੇ ਖਿਲਾਫ ਆਵਾਜ਼ ਚੁੱਕਣ ਦੇ ਲਈ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ। ਅਸੀਂ ਗਲੀਆਂ ਕੂਚੀਆਂ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਅਸੀਂ ਵਿਧਾਨ ਸਭਾ ਤੱਕ ਅਸੀਂ ਇਸ ਗੱਲ ਦਾ ਰੌਲਾ ਪਾਵਾਂਗੇ, ਲੋਕਾਂ ਨੂੰ ਅਵੇਅਰ ਕਰਾਂਗੇ, ਇਹਨੂੰ ਪਬਲਿਕ ਮੂਵਮੈਂਟ ਬਣਾਵਾਂਗੇ। ਜਦੋਂ ਲੋਕਾਂ ਦੀਆਂ ਮੂਵਮੈਂਟਾਂ ਬਣ ਜਾਂਦੀਆਂ ਹੁੰਦੀਆਂ ਨੇ ਤੇ ਉਦੋਂ ਸਰਕਾਰਾਂ, ਇਹ ਜਦੋਂ ਤੱਕ ਹੁੰਦਾ ਕੀ ਹੈ, ਜਦੋਂ ਤੱਕ ਢੱਕਿਆ ਢੋਲ ਹੈ, ਸਾਰਾ ਕੁਛ ਢੱਕਿਆ ਹੈ, ਕਵਰਡ ਹੈ, ਇਹਨਾਂ ਦੀ ਲੁੱਟ ਚੱਲਦੀ ਰਹੂਗੀ। ਜਦੋਂ ਪਬਲਿਕ ਮੂਵਮੈਂਟ ਬਣ ਗਈ, ਆਪੇ ਜਦੋਂ ਲੋਕ ਜਾ ਕੇ ਇਹਨਾਂ ਦੇ ਐਮਐਲਏ ਮੰਤਰੀ ਨੂੰ ਪੁੱਛਣਗੇ ਕਿ ਤੁਸੀਂ ਇਸ ਤਰ੍ਹਾਂ ਦੇ ਸਮਝੌਤੇ ਰੱਦ ਕਿਉਂ ਨਹੀਂ ਕਰਦੇ ਹੈਗੇ, ਕਿਉਂ ਨਹੀਂ ਦਿੱਲੀ ਦੀ ਤਰ੍ਹਾਂ ਸਸਤੀ ਬਿਜਲੀ ਪੰਜਾਬ ਦੇ ਦਿੱਤੀ ਜਾਂਦੀ, ਆਪੇ ਸਰਕਾਰ ਮਜਬੂਰ ਹੋਏਗੀ। ਕਰਨ ਨਾ ਕਰਨ ਸਾਡੀ ਡਿਊਟੀ, ਸਾਡੀ ਕਮਿਟਮੈਂਟ ਹੈ ਲੋਕਾਂ ਦੀ ਆਵਾਜ਼ ਚੱਕਣੀ, ਲੋਕਾਂ ਦੇ ਭਲੇ ਦੀ ਗੱਲ ਕਰਨੀ, ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ, ਉਹ ਅਸੀਂ ਕਰਾਂਗੇ। ਇਹ ਹਰੇਕ ਪਿੰਡ ਤੋਂ ਲੈ ਕੇ, ਹਰੇਕ ਸ਼ਹਿਰ ਤੋਂ ਲੈ ਕੇ ਜ਼ਿਲ੍ਹੇ ਤੱਕ ਆਊਗੀ, ਜ਼ਿਲ੍ਹੇ ਤੋਂ ਪੰਜਾਬ ਦੇ ਵਿੱਚ ਆਊਗੀ, ਪੰਜਾਬ ਤੋਂ ਵਿਧਾਨ ਸਭਾ ਦੇ ਵਿੱਚ ਜਾਊਗੀ, ਗਵਰਨਰ ਹਾਊਸ ਤੱਕ ਜਾਊਗੀ, ਮੁੱਖ ਮੰਤਰੀ ਤੱਕ ਜਾਊਗੀ, ਜੇ ਉਹ ਸੁਣਨਾ ਚਾਹੁੰਗੇ। ਤੇ ਚਿੱਠੀ ਉਹਨਾਂ ਨੂੰ ਕੱਲ ਨੂੰ ਲਿਖ ਚੁੱਕੇ ਹਾਂ, ਦੁਬਾਰਾ ਤੁਹਾਡੇ ਰਾਹੀਂ ਅਪੀਲ ਕਰਦੇ ਹਾਂ ਕਿ ਜੇ ਤੁਸੀਂ ਸਹੀ ਮਾਇਨੇ ਦੇ ਵਿੱਚ ਲੋਕ ਹਿਤੈਸ਼ੀ ਹੋ ਤੇ ਸਾਨੂੰ ਮਿਲਣ ਦਾ ਟਾਈਮ ਦਿਓ, ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸਮਝੌਤੇ ਰੱਦ ਹੋ ਸਕਦੇ ਨੇ ਤੇ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਸਕਦੀ ਹੈ ਦਿੱਲੀ ਦੀ ਤਰਜ਼ ਦੇ ਉੱਪਰ। ਜਿਵੇਂ ਪਿਛਲੀ ਵਾਰੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਪਿਛਲੀ ਵਾਰੀ ਕੋਡ ਆਫ ਕੰਡਕਟ ਲੱਗਣ ਦੇ ਕਰਕੇ ਕੁਝ ਮੂਵਮੈਂਟਸ ਤੇ ਡਿਲੇ ਪੈ ਜਾਂਦਾ, ਹੁਣ ਫਿਰ ਬਾਈ ਇਲੈਕਸ਼ਨ ਆਉਣ ਵਾਲੇ ਨੇ, ਕੁਝ ਨਾ ਕੁਝ ਡਿਲੇ ਪਏਗਾ। ਦੇਖੋ ਇਸ ਤਰ੍ਹਾਂ ਹੈ ਕਿ ਇਹ ਤਾਂ ਮਤਲਬ ਇਹ ਹੈ ਕਿ ਅਸੀਂ ਚੁੱਪ ਕਰਕੇ ਹੱਥ ਦੇ ਹੱਥ ਧਰਕੇ ਬੈਠੇ ਰਹੀਏ। ਬਾਈ ਇਲੈਕਸ਼ਨਾਂ ਤਾਂ ਜਿਹੜੀਆਂ ਇਹਨਾਂ ਨੇ ਦੋ, ਇਹ ਬਾਈ ਇਲੈਕਸ਼ਨਾਂ ਫਗਵਾੜਾ ਤੇ ਜਲਾਲਾਬਾਦ ਹੋਣ ਆ ਰਹੀਆਂ ਨੇ, ਦੋ ਇਹਨਾਂ ਨੇ ਸਾਡੇ ਐਮਐਲਏ ਪੱਟ ਲਏ, ਦੋ ਨੇ ਜਿਹੜੇ ਉਹ ਵੈਸੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਭੱਜ ਗਏ। ਇਹ ਤਾਂ 2.5 ਸਾਲ ਬਾਈ ਇਲੈਕਸ਼ਨਾਂ ਦੇ ਚੱਕਰ ਦੇ ਵਿੱਚ ਟਪਾਈ ਜਾਣਗੇ, ਤਾਂ ਮਤਲਬ ਇਹ ਥੋੜ੍ਹੇ ਕਿ ਅਸੀਂ ਚੁੱਪ ਕਰਕੇ ਬੈਠੇ ਰਹਾਂਗੇ। ਸਾਡਾ ਕੰਮ ਹੈ, ਦੇਖੋ ਪਲੀਜ਼ ਟਰਾਈ ਟੂ ਅੰਡਰਸਟੈਂਡ, ਸਾਡਾ ਮਕਸਦ ਹੈ ਉਹ ਜਿਵੇਂ ਜੰਗਲ ਦੇ ਵਿੱਚ ਅੱਗ ਲੱਗੀ ਤੇ ਉਸ ਨੂੰ ਬੁਝਾਉਣ ਦੇ ਲਈ ਚਿੜੀ ਚੁੰਝ ਦੇ ਵਿੱਚ ਲਿਜਾ ਕੇ ਪਾਣੀ ਪਾਉਂਦੀ ਰਹੀ, ਅਸੀਂ ਸਾਰੇ ਤੇ ਆਮ ਆਦਮੀ ਪਾਰਟੀ ਅਸੀਂ ਚਿੜੀਆਂ, ਅੱਗ ਲੱਗੀ ਹੋਈ ਹੈ ਪੰਜਾਬ ਦੇ ਵਿੱਚ, ਆਪਦੀਆਂ ਚੁੰਝਾਂ ਨਾਲ ਪਾਣੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਉਸ ਜੰਗਲ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਜਾਣੇ ਆਮ ਆਦਮੀਆਂ ਦੀ ਔਰ ਵੋਟਰਾਂ ਦੇ ਸਮਝ ਸਾਡੀ ਗੱਲ ਆ ਗਈ ਤੇ ਉਹਨਾਂ ਨੇ ਵੀ ਬਾਲਟੀਆਂ ਚੱਕ ਲੈਣੀਆਂ ਨੇ ਤੇ ਅੱਗ ਬੁਝ ਜਾਣੀ ਹੈ, ਜੇ ਸਾਡੀ ਗੱਲ ਹੀ ਨਾ ਉਹਨਾਂ ਦੇ ਪੱਲੇ ਪਈ ਤੇ ਫਿਰ ਤਾਂ ਅੱਗ ਲੱਗੀ ਹੋਈ ਹੈ ਹੋਰ ਵੱਧੂਗੀ। ਪਰ ਸਾਡਾ ਕੰਮ ਹੈ ਪਾਣੀ ਪਾਉਣਾ, ਉਹ ਅਸੀਂ ਪਾ ਰਹੇ ਹਾਂ। ਤੇ ਜੇ ਆਪਾਂ ਡਿਲੇ ਦੀ ਗੱਲ ਕਰ ਰਹੇ ਹਾਂ, ਜੇ ਆਪਾਂ ਡਿਲੇ ਨੂੰ ਹਟਾਉਣ ਵਾਸਤੇ ਜਿਵੇਂ ਅੱਜ ਕੱਲ੍ਹ ਮੁੱਦਾ ਚੱਲ ਰਿਹਾ ਵਨ ਇਲੈਕਸ਼ਨ ਵਨ ਨੇਸ਼ਨ, ਠੀਕ ਹੈ, ਤੇ ਕੀ ਮੈਂ ਕਹਿ ਸਕਦਾ ਕਿ ਆਪਾਂ ਉਸ ਪਰਟੀਕੂਲਰ ਸਟੈਪ ਵਾਸਤੇ ਫੇਵਰ ਲੈ ਸਕਦੇ ਹਾਂ ਉਸ ਪਰਟੀਕੂਲਰ? ਦੇਖੋ ਉਹ ਇੱਕ ਸੈਪਰੇਟ ਇਸ਼ੂ ਹੈ, ਉਹ ਸਾਡੀ ਪਾਰਟੀ ਦਾ ਨੈਸ਼ਨਲ ਪਾਰਟੀ ਹੈ, ਸਾਡੇ ਪਾਰਟੀ ਦਾ ਜਿਹੜਾ ਸਟੈਂਡ ਹੈ ਉਹ ਬੜਾ ਕਲੀਅਰ ਹੋ ਚੁੱਕਿਆ, ਉਹਦੇ ਨਾਲ ਇਸ ਚੀਜ਼ ਦਾ ਕੋਈ ਲਿੰਕ ਨਹੀਂ ਹੈਗਾ। ਉਹ ਜੋ ਸਾਡੀ ਪਾਰਟੀ ਸਟੈਂਡ ਸਾਡੇ ਰਾਘਵ ਚੱਡਾ ਅਰਵਿੰਦ ਕੇਜਰੀਵਾਲ ਜੀ ਨੂੰ ਰਿਪ੍ਰੈਜੈਂਟ ਕਰਨ ਦੇ ਲਈ ਉਸ ਮੀਟਿੰਗ ਦੇ ਵਿੱਚ ਜਾ ਕੇ ਆਏ ਨੇ, ਸਾਡਾ ਸਟੈਂਡ ਉਹਦੇ ਵਿੱਚ ਬੜਾ ਕਲੀਅਰ ਹੈ। ਇਲੈਕਸ਼ਨ ਚਾਹੇ ਕੱਲ੍ਹ ਨੂੰ ਹੋਵੇ, ਚਾਹੇ 2.5 ਸਾਲਾਂ ਨੂੰ ਹੋਵੇ, ਚਾਹੇ ਆਪਦੇ ਟਾਈਮ 'ਤੇ ਹੋਵੇ, ਚਾਹੇ ਪਹਿਲਾਂ ਹੋਵੇ, ਦੈਟ ਡਜ਼ ਨੋਟ ਹੈਵ ਐਨੀ ਰਿਲੇਸ਼ਨ ਵਿਦ ਦਿਸ ਮੂਵਮੈਂਟ। ਇਹ ਰਿਲੇਸ਼ਨ ਹੈ, ਇਹ ਮੂਵਮੈਂਟ ਹੈ ਜਿਹੜੀ ਲੋਕਾਂ ਦੀ ਮੂਵਮੈਂਟ ਹੈ, ਲੋਕਾਂ ਦੇ ਭਲੇ ਦੀ ਮੂਵਮੈਂਟ ਹੈ, ਅਸੀਂ ਚਲਾਵਾਂਗੇ, ਇਹਦੇ ਨਾਲ ਜਿਹੜੀ ਇਲੈਕਸ਼ਨ ਦਾ ਤਾਂ ਕੋਈ ਸੰਬੰਧ ਹੀ ਨਹੀਂ ਹੈ। ਇਹ ਪਰਸੋਂ ਤੋਂ ਸ਼ੁਰੂ ਹੋ ਰਿਹਾ ਜੀ, ਸਾਡੇ ਸਾਰੇ ਐਮਐਲਏ ਸਾਹਿਬਾਨ ਨੇ ਜਿਹੜੇ ਉਹ ਜ਼ਿਲ੍ਹੇ ਪੱਧਰ ਦੇ ਉੱਪਰ ਜਾ ਰਹੇ ਨੇ, ਉੱਥੇ ਮੀਟਿੰਗਾਂ ਕਰਾਂਗੇ, ਉੱਥੇ ਪੀਸੀਜ਼ ਕਰਾਂਗੇ, ਉੱਥੇ ਮੈਮੋਰੈਂਡਮ ਨੇ ਜਿਹੜੇ ਉਹ ਡਿਪਟੀ ਕਮਿਸ਼ਨਰ ਨੂੰ ਦੇਵਾਂਗੇ, ਤੇ ਉਸ ਤੋਂ ਬਾਅਦ ਹੈ ਜਿਹੜਾ ਇਹਨੂੰ ਸਟੈਪ ਵਾਈਜ਼ ਅਸੀਂ ਮੂਵਮੈਂਟ ਨੂੰ ਬਿਲਡ ਅਪ ਕਰਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਇਹ ਲੋਕ ਮਾਰੂ ਫੈਸਲਾ ਵਾਪਸ ਲਵੇ। ਮੇਰੇ ਦੋ ਸਵਾਲ ਨੇ, ਮਿਕਸਚਰ ਹੈ, ਜਦ ਮੂਵਮੈਂਟ ਸ਼ੁਰੂ ਹੋਏਗੀ ਜਿਹੜੇ ਬਾਕੀ ਵਿਧਾਇਕ ਨੇ ਜਾਂ ਜਿਹੜੇ ਰੁਕੇ ਹੋਏ ਨੇ ਨੇਤਾ ਨੇ ਉਹ ਦਿਖ ਸਕਦੇ ਨੇ? ਮੈਂ ਕਹਿੰਦਾ ਜੀ, ਮੈਂ ਭਾਈ ਸਾਹਿਬ ਮੈਂ ਤਾਂ ਚਾਹੁੰਦਾ ਕਿ ਸਾਰੇ ਦਾ ਸਾਰਾ ਪੰਜਾਬ ਸਾਡੇ ਨਾਲ ਇਸ ਮਸਲੇ ਤੇ ਖੜਾ ਦੇਖੇ, ਤੁਸੀਂ ਵੀ ਦੇਖੋ, ਕਾਂਗਰਸੀ ਐਮਐਲਏ ਜਿਨ੍ਹਾਂ ਨੂੰ ਲੋਕਾਂ ਨੇ ਸੱਤਾ ਦੇ ਵਿੱਚ ਭੇਜਿਆ ਉਹ ਵੀ ਦੇਖਣ
ਇਹ ਬਿਜਲੀ ਦੇ ਬਿੱਲ ਨੇ ਜਿਹੜੇ ਇਹ ਇਕੱਲੇ ਆਮ ਆਦਮੀ ਪਾਰਟੀ ਦੇ ਘਰਾਂ 'ਚ ਥੋੜ੍ਹਾ ਆ ਰਹੇ ਨੇ ਨਜਾਇਜ਼ ਬਿੱਲ, ਇਹ ਤਾਂ ਸਾਰਿਆਂ ਦੇ ਆ ਰਹੇ ਨੇ। ਮੈਂ ਤਾਂ ਸੱਦਾ ਦਊਂਗਾ ਨਵਜੋਤ ਸਿੱਧੂ ਜੀਆਂ ਨੂੰ, ਮੈਂ ਤੁਹਾਡੇ ਰਾਹੀਂ ਸੱਦਾ ਦੇ ਰਿਹਾ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਬੈਠੋ ਸਾਡੇ ਨਾਲ, ਅਸੀਂ ਤੁਹਾਨੂੰ ਦੱਸ ਦਿੰਦੇ ਕਿਤੇ ਕਿਤੇ ਲੁੱਟ ਹੋ ਰਹੀ ਹੈ। ਅਤੇ ਨਵਜੋਤ ਸਿੰਘ ਸਿੱਧੂ ਹੀ ਆਪਦੇ ਡਿਪਾਰਟਮੈਂਟ ਦੇ ਰਾਹੀਂ ਇਹਨਾਂ ਐਗਰੀਮੈਂਟਸ ਨੂੰ ਰਿਜੈਕਟ ਕਰਨ ਦੀ, ਰਿਵਿਊ ਕਰਨ ਦੀ ਜਾਂ ਕੁਐਸ਼ ਕਰਨ ਦੀ ਪ੍ਰਪੋਜ਼ਲ ਵਿਧਾਨ ਸਭਾ ਕੈਬਨਿਟ ਦੇ ਵਿੱਚ ਲੈ ਕੇ ਆਉਣ, ਤਾਂ ਸਾਹਮਣੇ ਕਲੀਅਰ ਹੋ ਜਾਏਗਾ, ਪੰਜਾਬ ਬਚ ਜਾਏਗਾ। ਅਸੀਂ ਤਾਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ।